ਸਾਡੀ ਸੰਵਿਧਾਨਿਕ ਮੰਗ ਥੋੜਾ ਥੋੜਾ ਖੁੱਲ ਜਾਓ ਥੋੜਾ ਖੁੱਲ ਜਾਓ ਕਿਹੜਾ ਬੜਾ ਖੁੱਲ ਜਾਓ ਕੱਲ ਬੜੀ ਹੈਰਾਨੀ ਹੋਈ ਦੋਸਤੋ ਕਹਿੰਦਾ ਤਾਂ ਪਾਵਾ ਪ੍ਰਧਾਨ ਨੂੰ ਚੰਗਾ ਕਰੋ ਚੰਗਾ ਕਰੋ ਚੰਗਾ ਕਰੋ ਉਹ ਜੋ ਸਿੱਧੂ ਨੂੰ ਮਰਦਾ ਆਵਾ ਮਰਦਾ ਆਵਾ ਉਹ ਜੋ ਸਿੱਧੂ ਨੂੰ ਮਰਦਾ ਆਵਾ ਮਰਦਾ ਆਵਾ ਮਰਦਾ ਆਵਾ ਇੱਕੀ ਦੁੱਖੀ ਚੱਕ ਦੇਾਂਗੇ ਹੌਣ ਤੇ ਗੋਡਾ ਰੱਖ ਦੇਾਂਗੇ ਇੱਕੀ ਦੁੱਖੀ ਚੱਕ ਦੇਾਂਗੇ ਹੌਣ ਤੇ ਗੋਡਾ ਰੱਖ ਦੇਾਂਗੇ ਸਿੱਧੂ ਸਿੱਧੂ ਚੱਕ ਦੇਾਂਗੇ ਹੌਣ ਤੇ ਗੋਡਾ ਰੱਖ ਦੇਾਂਗੇ ਸਿੱਧੂ ਪ੍ਰਧਾਨ ਮਰਦਾ ਆਵਾ ਮਰਦਾ ਆਵਾ ਮਰਦਾ ਮੁੱਖਮੰਤਰੀ ਦੇ ਤੌਰ ਤੇ ਪੰਜਾਬ ਨੇ ਉਦੋਂ ਤੋਂ ਐਲਾਨਾ ਦੀ ਉਦੋਂ ਤੋਂ ਵਾਅਦੇ ਆਰ ਕੇ ਸੱਤਾ ਦੇ ਨਸ਼ੇ ਦੇ ਵਿੱਚ ਇਹ ਸਾਰਾ ਕੁਝ ਭੁੱਲ ਚੁੱਕੇ ਆ ਇਹ ਆਮ ਆਦਮੀ ਦੀ ਹਤਾਸ਼ੀ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਆ ਬੰਦਰ ਕਿਸਮ ਦੇ ਬੰਦਰ ਦਾ ਲੋਕ ਏਕਤਾ ਫਰੰਟ ਦੇ ਮਾਧਿਅਮ ਤੋਂ ਅਸੀਂ ਇਹ ਰੋਸ ਜ਼ਾਹਿਰ ਕਰਨ ਆਇਆ ਤੈਨੂੰ ਇਹ ਨਹੀਂ ਪਤਾ ਕਿ 1950 ਕਿ ਸਾਡੀ ਸੰਵਿਧਾਨਿਕ ਮੰਗ ਥੋੜਾ ਥੋੜਾ ਖੁੱਲ ਜਾਓ ਕੱਲ ਬੜੀ ਹੈਰਾਨੀ ਹੋਈ ਦੋਸਤੋ ਨਵਜੋਤ ਸਿੰਘ ਸਿੱਧੂ ਦਾ ਜੀ ਰੈਲੀ ਨਵਜੋਤ ਸਿੰਘ ਸਿੱਧੂ ਨੇ ਪਰਸੋਂ 13 ਤਰੀਕ ਨੂੰ ਇੱਕ ਬਿਆਨ ਦਿੱਤਾ ਕਿ ਰਿਜ਼ਰਵੇਸ਼ਨ ਹੈਗੀ ਹੈ ਕਿ ਆਰਥਿਕ ਆਧਾਰ 'ਤੇ ਹੋਣੀ ਚਾਹੀਦੀ ਬਾਕੀ ਹੋਰ ਰਿਜ਼ਰਵੇਸ਼ਨ ਨਹੀਂ ਕਿਸੇ ਨੂੰ ਦੇਣੀ ਚਾਹੀਦੀ ਇਸ ਕਰਕੇ ਅਸੀਂ ਉਹਦਾ ਪ੍ਰਯੋਗ ਵਿਰੋਧ ਕੀਤਾ ਅਸੀਂ ਉਸੇ ਦਿਨ ਅਨਾਊਂਸ ਕਰਤਾ ਸੀ ਕਿ ਅਸੀਂ ਸਾਰੇ ਸਟੇਟ ਹੈੱਡਕੁਆਰਟਰ ਦੇ ਰੁਕਾਂਗੇ ਇਹਦਾ ਪ੍ਰਚਾਰ ਕੀ ਲੱਗਦਾ ਹੈ ਕਿ ਜਿਹੜਾ ਜਨਰਲ ਰਿਜ਼ਰਵੇਸ਼ਨ ਦੀ ਗੱਲ ਕੀਤੀ ਆ ਉਹਦੇ ਨਾਲ ਕੀ ਨੁਕਸਾਨ ਹੋਣ ਦੇ ਹੋਏ ਨੇ ਜੀ ਦੇਖੋ ਇਸ ਤਰ੍ਹਾਂ ਜੀ ਕਿ ਇਹਦੇ ਨਾਲ ਨੁਕਸਾਨ ਤਾਂ ਜਿਹੜਾ ਹੋਣਾ ਹੋ ਹੀ ਰਿਹਾ ਪਰ ਸਵਾਲ ਇਹ ਵੀ ਇਹ ਲੋਕਾਂ ਨੂੰ ਇੱਕ ਭੰਬੜ ਗੁੱਸੇ ਪਾਉਣ ਵਾਲੀ ਗੱਲ ਆ ਲੜਾਉਣ ਵਾਲੀ ਗੱਲ ਆ ਮੈਂ ਇਹ ਗੱਲ ਕਹੂੰਗਾ ਕਿ ਦੇਖੋ ਸਰਕਾਰਾਂ ਉਹਨਾਂ ਦੀਆਂ ਨੇ ਸਰਕਾਰਾਂ ਦੀ ਪਾਵਰ 'ਚ ਉਹ ਬੈਠੇ ਨੇ ਇਸ ਕਰਕੇ ਜਨਰਲ ਸਮਾਜ ਦੀ ਤਾਂ ਜੋ ਵੀ ਉਹਨਾਂ ਨੇ ਬੋਰਡ ਵਗੈਰਾ ਬਣਾਇਆ ਉਹਦੀ ਕੋਈ ਮੇਰੇ ਖਿਆਲ ਦੇ ਲੋੜ ਨਹੀਂ ਸੀ ਹਾਂਜੀ ਭਾਅ ਜੀ ਕੀ ਕਹਿਣਾ ਚਾਹੋਗੇ ਜੇ ਇਹ ਇਹਨਾਂ ਨੇ ਵਾਪਸ ਨਾ ਲਿਆ ਜਨਰਲ ਸਮਾਜ ਦੇ ਵਿੱਚ ਜਿਹੜਾ ਬਿਆਨ ਹੈਗਾ ਅਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਤੁਸੀਂ ਅਪੀਲ ਕਰਦੇ ਹੋ ਦੇਖੋ ਜਿਹੜਾ ਨਵਜੋਤ ਸਿੱਧੂ ਜੀ ਨੇ ਜਿਹੜਾ ਬਿਆਨ ਦਿੱਤਾ ਇਹ ਅਖਬਾਰਾਂ ਦੇ ਵਿੱਚ ਉਹ ਸਾਡੀ ਜਿਹੜੀ ਸੂਬਾ ਲੀਡਰਸ਼ਿਪ ਆ ਉਹਨਾਂ ਵੱਲੋਂ ਸਾਨੂੰ ਮੈਸੇਜ ਸੀ ਵੀ ਜਿਹੜੇ ਜਿੰਨੇ ਵੀ ਡੀਸੀ ਆਫਿਸ ਨੇ ਪੰਜਾਬ ਦੇ ਵਿੱਚ ਉੱਥੇ ਪੁਤਲੇ ਫੁੱਕੇ ਜਾਣ ਅਤੇ ਪਿੱਟ ਸਿਆਪਾ ਕੀਤਾ ਜਾਵੇ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਆ ਸਾਡੀ ਪਹਿਲਾਂ ਹੀ ਉੱਥੇ ਮੋਰਿੰਡਾ ਵਿਖੇ 5-12 ਤੋਂ